ਦੇਖੋ ਸ਼੍ਰੋਮਣੀ ਅਕਾਲੀ ਦਲ ਇਹ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ, ਇੱਕ ਅਸੂਲਾਂ ਦੀ ਪਾਰਟੀ ਹੈ। ਸਾਡੇ ਵਾਸਤੇ ਅਸੂਲ ਜ਼ਿਆਦਾ ਇੰਪੋਰਟੈਂਟ ਹੈ ਨੰਬਰ ਗੇਮ ਤੋਂ। ਆ ਜਿੰਨੀਆਂ ਦਿੱਲੀ ਦੀ ਪਾਰਟੀਆਂ ਨੈਸ਼ਨਲ ਪਾਰਟੀਆਂ, ਉਹ ਤਾਂ ਆਪਾਂ ਇਕੱਲੀ ਵੋਟ ਦੀ ਰਾਜਨੀਤੀ ਕਰਦੀਆਂ, ਅਸੀਂ ਵੋਟ ਦੀ ਰਾਜਨੀਤੀ ਵਾਲੇ ਨਹੀਂ ਹੈ। ਸਾਡੇ ਵਾਸਤੇ ਪੰਜਾਬ ਹੈ। ਜਾਖੜ ਸਾਹਿਬ ਦੇ ਵੱਲੋਂ ਕਹਿ ਦਿੱਤਾ ਕਿ ਇਕੱਠਜੋੜ ਨਹੀਂ ਹੋਵੇਗਾ। ਬੜੀ ਵਧੀਆ ਗੱਲ ਹੈ, ਸਗੋਂ ਉਹਨਾਂ ਆਪ ਹੀ ਕਹਿ ਤਾ ਅਸੀਂ ਤਾਂ ਪਹਿਲਾਂ ਨਹੀਂ ਕਰਕੇ ਖੁਸ਼। ਸਾਡੀਆਂ ਚਾਰ ਸੀਗੀਆਂ ਸ਼ਰਤਾਂ ਕਿ ਬੰਦੀ ਸਿੰਘ ਰਿਹਾਅ ਕਰ ਦਿਓ, ਹਰਿਆਣਾ ਕਮੇਟੀ ਸਾਨੂੰ ਦੇ ਦਿਓ, ਆਪਣਾ ਡਿਬਰੂਗੜ੍ਹ ਵਾਲਾ ਜਿਹੜਾ ਮਸਲਾ ਸੀ ਉਹ ਵਾਪਸ ਕਰ ਦਿਓ, ਔਰ ਕਿਸਾਨਾਂ ਦੀਆਂ ਮੰਗਾਂ। ਅਸੀਂ ਚਾਰ ਮੁੱਦੇ ਇਹਨਾਂ ਕੇ ਰੱਖੇ, ਆਉਂਦੇ ਅਸੀਂ ਨਹੀਂ ਕਰ ਸਕਦੇ, ਅਸੀਂ ਇਹ ਜਾਓ। ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਕੱਠਜੋੜ ਨੂੰ ਲੈ ਕੇ ਕਾਫੀ ਚਰਚਾਵਾਂ ਹੋ ਰਹੀਆਂ ਸੀ, ਪਰ ਹੁਣ ਬੀਜੇਪੀ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ, ਉਹਨਾਂ ਦੇ ਵੱਲੋਂ ਕਿਹਾ ਕਿ ਇਕੱਠਜੋੜ ਨਹੀਂ ਹੋਵੇਗਾ, ਅਤੇ ਗੱਲਬਾਤ ਕਰਨ ਦੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਜੋ ਕਿ ਅੰਮ੍ਰਿਤਸਰ ਦੇ ਇੱਕ ਨਿੱਜੀ ਪਿੰਡ ਦੇ ਵਿੱਚ ਇੱਕ ਸਮਾਗਮ 'ਤੇ ਪਹੁੰਚੇ ਹੋਏ ਨੇ, ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਚਰਚਾਵਾਂ ਕਾਫੀ ਹੋ ਰਹੀਆਂ ਸੀ ਕਿ ਪੰਜਾਬ ਦੇ ਵਿੱਚ ਬੀਜੇਪੀ ਅਤੇ ਅਕਾਲੀ ਦਲ ਦਾ ਇਕੱਠਜੋੜ ਹੋ ਸਕਦਾ ਵਾ, ਪਰ ਹੁਣ ਸਾਫ਼ ਹੋ ਗਿਆ ਕਿ ਅਕਾਲੀ ਦਲ ਅਤੇ ਬੀਜੇਪੀ ਦਾ ਇਕੱਠਜੋੜ ਨਹੀਂ ਹੋਵੇਗਾ। ਇਹ ਸੁਨੀਲ ਜਾਖੜ ਦੇ ਵੱਲੋਂ ਮੀਡੀਆ ਦੇ ਵਿੱਚ ਸੰਬੋਧਨ ਕਰ ਦਿੱਤਾ ਗਿਆ ਕਿ ਇਕੱਠਜੋੜ ਪੰਜਾਬ ਦੇ ਵਿੱਚ ਨਹੀਂ ਹੋਵੇਗਾ। ਹੁਣ ਸਵਾਲ ਹੈ ਕਿ ਜੇ ਇਕੱਠਜੋੜ ਹੁੰਦਾ ਸੀ ਤਾਂ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਜਿੱਤਾਂਗੇ, ਪਰ ਸੁਨੀਲ ਜਾਖੜ ਦੇ ਵੱਲੋਂ ਸਾਫ਼ ਤੌਰ 'ਤੇ ਕਹਿ ਦਿੱਤਾ ਗਿਆ ਕਿ ਇਕੱਠਜੋੜ ਨਹੀਂ ਹੋਵੇਗਾ ਪੰਜਾਬ ਦੇ ਵਿੱਚ। ਅਤੇ ਆਹ ਦੇਖੋ ਤਸਵੀਰ ਆ, ਗੱਲਬਾਤ ਕਰਨ ਦੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ, ਕਿ ਹੁਣ ਇਕੱਠਜੋੜ ਤੋਂ ਨਾਂਹ ਕਰ ਦਿੱਤੀ ਗਈ ਆ, ਅਤੇ ਅਗਲੀ ਰਾਜਨੀਤੀ ਕੀ ਰਹੇਗੀ, ਕੀ ਚਰਚਾਵਾਂ ਹੈਗੀਆਂ, ਕਿਉਂਕਿ ਕਿਸਾਨ ਆਗੂ ਦੇ ਵੱਲੋਂ ਕਹਿ ਦਿੱਤਾ ਕਿ ਜਿਹੜੇ ਵੀ ਪਿੰਡਾਂ ਦੇ ਵਿੱਚ ਬੀਜੇਪੀ ਦੇ ਆਗੂ ਆਉਣਗੇ ਉਹਨਾਂ ਦਾ ਵਿਰੋਧ ਕੀਤਾ ਜਾਵੇ। ਕਈ ਜਗ੍ਹਾ ਦੇ ਉੱਪਰ ਬੀਜੇਪੀ ਦੇ ਬਾਈਕਾਟ ਦੇ ਬੋਰਡ ਲਾ ਦਿੱਤੇ ਗਏ ਨੇ ਪਿੰਡਾਂ ਦੇ ਵਿੱਚ ਕਿ ਬਾਈਕਾਟ ਕੀਤਾ ਜਾਵੇਗਾ, ਪਰ ਹੁਣ ਸ਼੍ਰੋਮਣੀ ਅਕਾਲੀ ਦਲ ਕੀ ਸੋਚਦੇ ਨੇ ਉਹ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਬਾਦਲ ਸਾਹਿਬ ਇੱਕ ਸਮਾਗਮ ਦੇ ਵਿੱਚ ਪਹੁੰਚੇ ਹੋਏ ਨੇ, ਕੀ ਕਹਿਣਾ ਉਹਨਾਂ ਦਾ? ਸੁਖਬੀਰ ਬਾਦਲ ਦਾ ਕਾਫਲਾ ਸਮਾਗਮ ਵਿੱਚ ਪਹੁੰਚ ਚੁੱਕਿਆ, ਇਕੱਠਜੋੜ ਨੂੰ ਲੈ ਕੇ ਕੀ ਰਣਨੀਤੀ ਤਿਆਰ ਹੈ? ਜੇ ਇਕੱਠਜੋੜ ਨਾ ਹੁੰਦਾ ਤਾਂ ਕਿੰਨੀਆਂ ਪੰਜਾਬ 'ਚ ਸੀਟਾਂ ਆਉਂਦੀਆਂ? ਗੱਲਬਾਤ ਕਰਨ ਦੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ, ਕਿਉਂਕਿ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਸਾਫ਼ ਤੌਰ ਦੇ ਉੱਤੇ ਨਾਂਹ ਕਰ ਦਿੱਤੀ ਗਈ ਆ ਕਿ ਇਕੱਠਜੋੜ ਪੰਜਾਬ ਦੇ ਵਿੱਚ ਨਹੀਂ ਹੋਵੇਗਾ। ਅਤੇ ਸੁਖਬੀਰ ਬਾਦਲ ਜੋ ਕਿ ਬਾਹਰ ਨਿਕਲ ਚੁੱਕੇ, ਬਾਦਲ ਸਾਹਿਬ ਦੇਖੋ ਸ਼੍ਰੋਮਣੀ ਅਕਾਲੀ ਦਲ ਇਹ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ, ਇੱਕ ਅਸੂਲਾਂ ਦੀ ਪਾਰਟੀ ਹੈ। ਸਾਡੇ ਵਾਸਤੇ ਅਸੂਲ ਜ਼ਿਆਦਾ ਇੰਪੋਰਟੈਂਟ ਹੈ ਨੰਬਰ ਗੇਮ ਤੋਂ। 103 ਸਾਲਾਂ ਵਿੱਚ ਅਕਾਲੀ ਦਲ ਨੇ ਕਿ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ, ਕੌਮ ਦੀ ਰਕਸ਼ਾ, ਪੰਜਾਬ ਦੀ ਰਕਸ਼ਾ, ਪੰਜਾਬੀਆਂ ਦੀ ਵਿੱਚ ਭਾਈਚਾਰਕ ਸਾਂਝ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਅਕਾਲੀ ਦਲ ਦੀ ਜ਼ਿੰਮੇਵਾਰੀ ਹੈ। ਤੋ ਇਸ ਕਰਕੇ ਸਾਡੇ ਵਾਸਤੇ ਅਸੂਲ ਹੈ, ਸਾਡੇ ਵਾਸਤੇ ਜਿਹੜਾ ਅਸੀਂ ਕੋਰ ਕਮੇਟੀ ਨੇ ਬੜਾ ਕਲੀਅਰ ਕੀਤਾ ਸਾਡੇ ਅਸੂਲ ਕੀ ਹੈ। ਸਾਡੇ ਜਿਹੜੀ ਬਹੁਤ ਮਸਲੇ ਹਨ ਪੰਜਾਬ ਵਿੱਚ, ਭਾਈਚਾਰੇ ਸਾਂਝ, ਅਮਨ ਸ਼ਾਂਤੀ, ਆ ਜਿੰਨੀਆਂ ਦਿੱਲੀ ਦੀ ਪਾਰਟੀਆਂ ਨੈਸ਼ਨਲ ਪਾਰਟੀਆਂ, ਉਹ ਤਾਂ ਆਪਾਂ ਇਕੱਲੀ ਵੋਟ ਦੀ ਰਾਜਨੀਤੀ ਕਰਦੀਆਂ, ਅਸੀਂ ਵੋਟ ਦੀ ਰਾਜਨੀਤੀ ਵਾਲੇ ਨਹੀਂ ਹੈ।
ਸਾਡੇ ਵਾਸਤੇ ਪੰਜਾਬ ਹੈ। ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹੋ ਪਰ ਸਾਹਿਬ ਮੁੰਡੇ ਦੇ ਨਾਲ ਬੀਜੇਪੀ ਦੇ ਕਾਰਨ ਕਿਸਾਨ ਨਹੀਂ ਜੀ ਕਿਸਾਨ ਦੇ ਕਾਰਨ ਕਿਸਾਨਾਂ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹਿੰਦੁਸਤਾਨ ਵਿੱਚ ਜੇ ਕੋਈ ਪਾਰਟੀ ਕਿਸਾਨਾਂ ਦੇ ਵਾਸਤੇ ਲੜਦੀ ਰਹੀ ਹੈ ਤੇ ਕਿਸਾਨ ਜਥੇਬੰਦੀ ਕਹਿ ਸਕਦੇ ਨਾ ਉਹ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੇ ਵੱਲੋਂ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਪਾਰਟੀ ਖੜੀ ਹੈ, ਕਿਸਾਨਾਂ ਦੇ ਹਮੇਸ਼ਾ ਹੱਕ ਦੇ ਵਿੱਚ ਲੈ ਕੇ ਵੱਡਾ ਸਟੈਂਡ ਦਿੱਤਾ ਗਿਆ ਵਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਤਲਵੀਰ ਸਿੰਘ ਗਿੱਲ ਸਾਹਿਬ ਕਹਿੰਦਾ ਜਾਖੜ ਸਾਹਿਬ ਦੇ ਵੱਲੋਂ ਕਹਿ ਦਿੱਤਾ ਕਿ ਇਕੱਠਜੋੜ ਨਹੀਂ ਹੋਵੇਗਾ ਜੀ। ਤਾਂ ਬੜੀ ਵਧੀਆ ਗੱਲ ਹੈ ਸਗੋਂ, ਉਹਨਾਂ ਆਪ ਹੀ ਕਹਿ ਤਾ ਅਸੀਂ ਤਾਂ ਪਹਿਲਾਂ ਨਹੀਂ ਕਰਕੇ ਖੁਸ਼, ਕਿਉਂਕਿ ਅਸੀਂ ਇਹਨਾਂ ਨੂੰ ਜਿਹੜੀਆਂ ਇਹਨਾਂ ਨੇ ਸਾਨੂੰ ਇਕੱਠਜੋੜ ਕਰ ਲਈ ਕਿਹਾ ਸੀ, ਅਸੀਂ ਚਾਰ ਸ਼ਰਤਾਂ ਅੱਗੇ ਰੱਖਤੀਆਂ, ਇਹ ਚਾਰ ਸ਼ਰਤਾਂ ਤੋਂ ਭਜਦੇ ਤਾਂ ਅਸੀਂ ਕਾਹਤੋਂ ਇਕੱਠਜੋੜ ਕਰਾਂਗੇ, ਅਸੀਂ ਪੰਜਾਬ ਦੀ ਪਾਰਟੀ ਪੰਜਾਬ ਦੀ ਗੱਲ ਕਰਾਂਗੇ ਨਾ, ਇਹਨਾਂ ਦੀ ਕਹਿਣਾ ਥੋੜ੍ਹਾ ਮੰਨਾਂਗੇ। ਸੋ ਇਸ ਕਰਕੇ ਬਹੁਤ ਵਧੀਆ ਹੋਇਆ ਜੋ ਕੁਛ ਹੋਇਆ, ਕਿਉਂਕਿ ਸਾਡਾ ਜਿਹੜਾ ਵਰਕਰ ਸੀ ਉਹ ਕਨਫਿਊਜ਼ ਸੀਗਾ, ਉਹ ਮਜੂਸ ਸੀਗਾ, ਉਹ ਕਹਿੰਦੇ ਸੀ ਕਿ ਯਾਰ ਸਾਡਾ ਇਹਨਾਂ ਨਾਲ ਅਲਾਇੰਸ ਨਹੀਂ ਹੋਣਾ ਚਾਹੀਦਾ, ਅਤੇ ਜੇ ਅਸੀਂ ਇਹਨਾਂ ਨਾਲ ਤੋੜ ਵਿਛੋੜਾ ਨਾ ਕਰਦੇ ਹੁੰਦੇ, ਪੰਜਾਬ ਦੀ ਗੱਲ ਨਾ ਸੁਣਦੇ, ਫਿਰ ਤਾਂ ਮਿਨਿਸਟਰ ਸੀਗੇ ਭੈਣ ਜੀ, ਅਤੇ ਫਿਰ ਸਾਨੂੰ ਲੋੜ ਹੀ ਕੋਈ ਨਹੀਂ ਹੋਵੇ ਪਹਿਲਾਂ ਛੱਡਣ ਦੇ ਹਿੱਤ ਦੇ ਵਿੱਚ ਪਾਰਟੀ ਹੈਗੀ ਸ਼੍ਰੋਮਣੀ ਅਕਾਲੀ ਦਲ। ਬਿਲਕੁਲ ਯਾਰ, ਭਲਾ ਕਿਸਾਨਾਂ ਦਾ ਕਰਕੇ ਹੀ ਤਾਂ ਇਹਨਾਂ ਨਾਲ ਤੋੜ ਵਿਛੋੜਾ ਕੀਤਾ, ਮਿਨਿਸਟਰੀ ਛੱਡੀ ਤਾਂ ਤੁਸੀਂ ਆਉਂਦੇ ਕਿਸਾਨਾਂ ਦੇ ਹਿੱਤ, ਹੋਰ ਕਿਹਦੇ ਹਿੱਤ ਜਾ। ਸਾਡੀਆਂ ਚਾਰ ਸੀਗੀਆਂ ਸ਼ਰਤਾਂ ਕਿ ਬੰਦੀ ਸਿੰਘ ਰਿਹਾਅ ਕਰ ਦਿਓ, ਹਰਿਆਣਾ ਕਮੇਟੀ ਸਾਨੂੰ ਦੇ ਦਿਓ, ਆਪਣਾ ਡਿਬਰੂਗੜ੍ਹ ਵਾਲਾ ਜਿਹੜਾ ਮਸਲਾ ਸੀ ਉਹ ਵਾਪਸ ਕਰ ਦਿਓ, ਔਰ ਕਿਸਾਨਾਂ ਦੀਆਂ ਮੰਗਾਂ। ਅਸੀਂ ਚਾਰ ਮੁੱਦੇ ਇਹਨਾਂ ਕੇ ਰੱਖੇ ਹੋ, ਕਹਿੰਦੇ ਅਸੀਂ ਨਹੀਂ ਕਰ ਸਕਦੇ, ਅਸੀਂ ਇਹੋ ਜਾਓ ਨਹੀਂ ਕਰਨਾ, ਤਾਂ ਬਿਲਕੁਲ ਅਸੀਂ ਵੀ ਇਹਨਾਂ ਨਾਲ ਸਹਿਮਤ ਨਹੀਂ ਹੈਗੇ। ਲੱਗਦਾ ਕਿ ਜਿਹੜੇ ਅਕਾਲੀ ਦਲ ਛੱਡ ਕੇ ਬੀਜੇਪੀ 'ਚ ਸ਼ਾਮਿਲ ਹੋਏ ਉਹ ਵਾਪਸੀ ਆ ਸਕਦੇ? ਉਹ ਨਹੀਂ, ਉਹ ਤਾਂ ਵਿਚਾਰੇ ਉਹ ਲੋਕ ਆ, ਭਾਵੇਂ ਅਕਾਲੀ ਦਲ ਛੱਡ ਕੇ ਗਏ ਚਾਹੇ ਕਾਂਗਰਸ ਛੱਡ ਕੇ, ਜਿਹੜੇ ਲੋਕ ਇਲੈਕਸ਼ਨਾਂ ਲੜੇ ਆਪਦੇ ਘਰਾਂ ਦੇ ਬੂਥ ਹਰੇ ਆ, ਉਹਨਾਂ ਲੋਕਾਂ ਨੂੰ ਉਹਨਾਂ ਨੇ ਬੀਜੇਪੀ ਕਿੱਥੋਂ ਜਿਤਾ ਲੈਣੀ, ਨਾ ਇਹੋ ਜਿਹਾ ਨੂੰ ਵਾਪਸ ਲੈਣ ਦਾ ਕੋਈ ਫਾਇਦਾ, ਚੱਲੇ ਕਾਰਤੂਸ ਆ ਉਹਦੇ। ਇਹ ਇਸ਼ਾਰਾ ਕਿੱਧਰ ਜਾ ਰਿਹਾ ਜੀ? ਉਹ ਇਸ਼ਾਰਾ ਬਾ ਤੂੰ ਬੜਾ ਸਿਆਣਾ ਵਾ, ਮੇਰੇ ਤੋਂ ਵੱਧ ਸਿਆਣਾ ਵਾ, ਤੈਨੂੰ ਪਤਾ ਹੀ ਆ ਕਿੱਧਰ ਇਸ਼ਾਰਾ ਜਾ ਰਿਹਾ। ਬਿਲਕੁਲ ਜੀ, ਇਹ ਜਿਹੜੇ ਬੂਥ ਰਹੇ ਆ ਉਹ ਤੈਨੂੰ ਪਤਾ ਹੀ ਆ। ਬਿਲਕੁਲ ਜੀ, ਵੱਡੇ ਦਾਅਵੇ ਕੀਤੇ ਜਾ ਰਹੇ ਆ ਕਿ ਸਰਦਾਰ ਸਿੰਘ ਬਾਦਲ ਅਤੇ ਉਹਨਾਂ ਦੇ ਲੀਡਰਾਂ ਦੇ ਵੱਲੋਂ ਇਹ ਗੱਲ ਕੀਤੀ ਜਾ ਰਹੀ ਆ ਕਿ ਕਿਸਾਨਾਂ ਦੇ ਹਿੱਤ ਦੇ ਵਿੱਚ ਪਾਰਟੀ ਹੈਗੀ ਆ, ਕਿਸਾਨਾਂ ਕਰਕੇ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਟੈਂਡ ਦਿੱਤਾ ਗਿਆ ਵਾ ਕਿ ਇਕੱਠਜੋੜ ਅਸੀਂ ਪਹਿਲਾਂ ਹੀ ਨਾ ਕਰ ਦਿੱਤੀ ਗਈ ਸੀ, ਪਰ ਹੁਣ ਸਾਫ਼ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਸਿੱਧਾ ਪੰਜਾਬ ਦੇ ਵਿੱਚ ਆਪ ਜਿਹੜਾ ਕਿ ਇਲੈਕਸ਼ਨ ਲੜੇਗੀ। ਕੈਮਰਾਮੈਨ ਮਨੋਜ ਦੇ ਨਾਮ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।